ਮੇਰੇ ਤੋਂ ਪਹਿਲਾਂ ਸਾਥੀਆਂ ਨੇ ਮੈਸੇਜ ਗੇਮਾਂ ਦਿਖਾਈਆਂ। ਮੈਂ ਕੁਝ ਕੈਮੀਕਲ ਟ੍ਰਿਕ ਹੀ ਕਰਨੇ ਆ, ਟਾਈਮ ਬਹੁਤ ਘੱਟ ਲੈਣਾ। ਸਭ ਤੋਂ ਪਹਿਲਾਂ ਸਸਪੈਂਸ਼ਨ ਆਫ ਵਾਟਰ ਇਨ ਦਾ ਏਅਰ, ਗਲਾਸ ਮੈਂ ਖਾਲੀ ਉੱਥੋਂ ਲੈ ਲਏ ਬੜੇ, ਪਾਦੇ 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 ਹੱਥੋਂ ਕਮਰੇ ਖੋਲੇ। ਸਸਪੈਂਸ਼ਨ ਆਫ ਵਾਟਰ ਇਨ ਦਾ ਏਅਰ, ਹੁਣ ਥੋੜਾ ਜਿਹਾ ਮੰਤਰ ਬੋਲਣਾ ਪੈਣਾ ਆਪਾਂ ਨੂੰ। ਆਵੜਾ ਗਾਬੜਾ ਗਾਬੜਾ, ਆਵੜਾ ਗਾਬੜਾ ਗਾਬੜਾ, ਪਾਣੀ ਹੋ ਜਾਏ ਭਾਵੜਾ। ਆਵੜਾ ਗਾਬੜਾ ਗਾਬੜਾ, ਆਵੜਾ ਗਾਬੜਾ ਗਾਬੜਾ, ਆਵੜਾ ਗਾਬੜਾ ਗਾਬੜਾ, ਅੰਮ੍ਰਿਤਸਰ ਅਕਾਈ। Suspension of water in the air. ਹਾਂ ਕਹਿਣ ਲੱਗ ਪਏ ਵੀ ਪੀਣੀ ਚਾਹੀਦੀ ਹੈ ਨਾ, ਸਿਰ ਚੰਗੀ ਬਣ ਜਾਂਦੀ ਹੈ। ਪਰ ਨਹੀਂ, ਵਾਈ ਇਧਰ ਗਲਾਸ ਮੇਰੇ ਕੋਲ, ਜਿਹੜਾ ਸਾਡਾ ਖੂਨ ਹੈ ਨਾ ਉਹ ਫਿਰ ਚਿੱਟਾ ਕਰ ਦਿੰਦੀ ਹੈ ਸ਼ਰਾਬ, ਭਾਵੇਂ ਆਪਾਂ ਵੀ ਆਦਿ ਨਹੀਂ ਆ। ਤੁਸੀਂ ਇਹ ਵੀ ਗਲਾਸ ਆ ਆਮ ਮਿਲ ਜਾਂਦਾ ਦੁਕਾਨ ਉੱਤੋਂ। ਹਾਂਜੀ ਥੱਲੇ ਰੱਖ ਲਓ ਨਾ ਆਉਂਦਾ ਯਾਰ, ਪਹਿਲੇ ਪਾਣੀ ਰੱਖ ਲਓ। ਹਾਂਜੀ ਪਾਣੀ ਨਹੀਂ ਰੱਖਣਾ ਚਾਹੀਦਾ, ਰੱਖ ਲਾ ਤੁਸੀਂ ਉਦੋਂ ਲੈ ਜਾਓ। ਹਾਂ ਉਦੋਂ ਲੈ ਜਾਓ, ਥੱਲੇ ਰੱਖ ਲਓ ਪੌਣੇ। ਤੁਹਾਨੂੰ ਦਿਖਾ ਰਿਹਾ ਕਿ ਪਾਣੀ ਗਲਾਸ ਉਹਦੇ ਕਿ ਮਿਰਿਆ ਸੀਗਾ। ਸਸਪੈਂਸ਼ਨ ਆਫ ਵਾਟਰ ਇਨ ਦਾ ਏਅਰ, ਪਾਣੀ ਬਚਾਓ। ਇੱਕ ਗਲਾਸ ਮੇਰੇ ਕੋਲ ਪਾਣੀ ਲਓ। ਪਾਣੀ ਮੈਂ ਗਲਾਸ ਦੇ ਵਿੱਚ ਪਾ ਰਿਹਾ। ਹੁਣ ਫਿਰ ਉਹੀ ਮੰਤਰ ਬੋਲਣਾ ਪੈਣਾ ਸਾਨੂੰ, ਆਵੜਾ ਗਾਬੜਾ ਗਾਬੜਾ।
ਪਾਣੀ ਗਲਾਸ ਦੇ ਵਿੱਚ ਆਵੜਾ ਗਾਵੜਾ ਗਾਵੜਾ ਤੇ ਮੇਰੇ ਕੋਲ ਟ੍ਰਿਕ ਹੈ ਵੀ ਨੇ ਜਿਹੜੇ ਮੈਂ ਨਾਲ ਲੈ ਕੇ ਆਇਆ, ਜੇ ਕਿਸੇ ਸਾਥੀ ਨੂੰ ਚਾਹੀਦੇ ਹੋਣ ਉਹ ਮੇਰੇ ਨਾਲ ਸੰਪਰਕ ਰੱਖਣ ਨਾਲ ਦੀ। ਇਹਨੂੰ ਆਪਾਂ ਕੱਟ ਕੇ ਸਰਮ ਦੇ ਸਾਹਮਣੇ ਮਤਲਬ ਜੋੜਾਂ ਧਿਆਨ ਰੱਖਣ। ਪਰ ਉਵੇਂ ਬੋਲਣਾ ਮਤਲਬ ਜਿਵੇਂ ਵੀ ਜਾਦੂ ਨਾਲ ਕੱਟ ਕੇ ਲੋ ਜੀ ਕੋਈ ਕੱਟ ਦੇ ਵਾਰੀ ਲਓ ਜੀ ਰੱਸੀ ਨੂੰ ਕੱਟ ਦਿੱਤਾ ਗਿਆ। ਹੁਣ ਆਪਣੇ ਟੀਚਕ ਲਗਾਉਣੇ ਆ, ਜਾਦੂ ਲਗਾਉਣੇ ਆ, ਤਾਂ ਇਹ ਰੱਸੀ ਕੱਟੀ ਗਈ ਜੀ, ਦੋ ਰੱਸੀਆਂ ਬਣ ਜਾਣਗੀਆਂ, ਦੋ ਟੁੱਟੇ ਹੋ ਗਏ। ਤਾਂ ਹੁਣ ਆਪਾਂ ਇਹਦੇ ਉੱਤੇ ਮੰਤਰ ਲਾਵਾਂਗੇ, ਲਓ ਜੀ ਪੜੋ ਮੰਤਰ। ਸ੍ਰੀ ਸੁਖਦ ਗਨਾਸੀ ਮਾਤਾ ਗੰਡਾ ਕੋਲ ਗੰਡਾ ਕੋਲ ਥੋੜਾ ਟੋਕਰ ਪਾ ਤਾਂ ਦੇਖ ਜੀ ਗੱਪੀ ਜ਼ੋਰ ਦੇ ਟੁੱਟੀ ਹੋਈ ਰੱਸੀ। ਸੋ ਸਾਥੀਓ ਧੰਨਵਾਦ, ਮੈਂ ਦੋ ਮਿੰਟ ਤੋਂ ਵੱਧ ਜ਼ਿਆਦਾ ਟਾਈਮ ਸਮਾਂ ਨਹੀਂ ਲਵਾਂਗਾ। ਸੋ ਮੈਂ ਪਹਿਲੀ ਵਾਰੀ ਇੱਦਾਂ ਸਟੇਜ ਦੇ ਸਾਹਮਣੇ ਕੁਝ ਕਰਨ ਲੱਗਿਆ। ਮੈਜਿਕ ਬਾਰੇ ਮੈਂ ਕਾਫੀ ਟਾਈਮ ਤੋਂ ਕਾਫੀ ਜਾਦੂਗਰਾਂ ਕੋਲੋਂ ਸਿੱਖਦਾ ਰਿਹਾ, ਪਰ ਸਟੇਜ 'ਤੇ ਕਦੇ ਕੁਝ ਨਹੀਂ ਕੀਤਾ। ਪਰ ਅੱਜ ਥੋੜ੍ਹਾ ਹੌਸਲਾ ਬਣਿਆ ਕਿ ਮੈਂ ਵੀ ਸੋਸਾਇਟੀ ਦਾ ਚਲੋ ਮੈਗਜ਼ੀਨ ਸਾਹਿਤ 5-6 ਸਾਲ ਤੋਂ ਪੜ੍ਹਦਾ ਆ ਰਿਹਾ, ਅਤੇ ਮੈਂ ਵੀ ਸੋਚਿਆ ਕਿ ਮੈਂ ਵੀ ਸਟੇਜ 'ਤੇ ਜਾ ਕੇ ਕੁਝ ਕਰਕੇ ਦਿਖਾਵਾਂ। ਸੋ ਸਾਥੀਓ ਤੁਹਾਡੇ ਸਾਹਮਣੇ ਅਸੀਂ ਦੇਖਦੇ ਹਾਂ ਕਿ ਇੱਕ ਮੰਦਾਰੀ ਪਿੰਡਾਂ ਦੇ ਵਿੱਚ ਆ ਕੇ ਉਹ ਆਪਣੀ ਅੱਤ ਦੀ ਸਫਾਈ ਦੇ ਜਾਦੂ ਦਿਖਾਉਂਦਾ ਹੈ ਅਤੇ ਆਪਣਾ ਪਰਿਵਾਰ ਪਾਲਦਾ ਹੈ। ਪਰ ਅਸੀਂ ਉਹਦੀ ਰੋਜ਼ੀ ਰੋਟੀ ਦੇ ਖਿਲਾਫ ਨਹੀਂ ਹਾਂ, ਪਰ ਜਦੋਂ ਉਹੀ ਮੈਜਿਕ ਟ੍ਰਿਕ ਦਿਖਾ ਕੇ ਬਾਅਦ ਦੇ ਵਿੱਚ ਕਹਿੰਦਾ ਹੈ ਕਿ ਇਹ ਸਾਈਂ ਬਾਬੇ ਦੀ ਕਿਰਪਾ ਹੈ, ਸਾਈਂ ਬਾਬੇ ਦੀ ਭਗਤੀ ਕਰਨ ਦੇ ਨਾਲ ਜਾਂ ਲਾਲਾਂ ਦੇ ਪੀਰ ਦੀ ਪੂਜਾ ਕਰਨ ਦੇ ਨਾਲ ਮੇਰੇ ਕੋਲ ਸ਼ਕਤੀ ਆਉਂਦੀ ਹੈ ਅਤੇ ਉਹਦੇ ਨਾਲ ਮੈਂ ਕਰਦਾ ਹਾਂ, ਤਾਂ ਉਹਦੇ ਖਿਲਾਫ ਆਪਾਂ ਨੂੰ ਆਵਾਜ਼ ਉਠਾਉਣੀ ਬਣਦੀ ਹੈ। ਸੋ ਮੈਂ 2-4 ਟ੍ਰਿਕ ਹੁਣੇ ਤਿਆਰ ਕੀਤੇ ਨੇ। ਸੋ ਮੈਂ ਦਿਖਾਉਣਾ ਚਾਹੁੰਦਾ ਕਿ ਹੱਥ ਦੀ ਸਫਾਈ ਕੀ ਹੁੰਦੀ ਆ। ਸੋ ਦੇਖੋ ਸਾਥੀਓ, ਇੱਕ ਬਹੁਤ ਮਸ਼ਹੂਰ ਬਾਬਾ ਹੋਇਆ ਜਿਹਨੂੰ ਸੱਤੇ ਸਾਈਂ ਦਾ ਨਾਮ ਦਿੰਦੇ ਨੇ, ਉਹ ਅਸਲ 'ਚ ਇੱਕ ਟ੍ਰਿਕ ਸਟੇਜ 'ਤੇ ਕਰਦਾ ਹੁੰਦਾ ਜਿਸਨੂੰ ਦਿਖਾ ਕੇ ਉਸਨੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਕਰੋੜਾਂ ਰੁਪਇਆ ਜਮ੍ਹਾਂ ਕੀਤਾ। ਅਤੇ ਉਹ ਟ੍ਰਿਕ ਕੁਝ ਨੇ ਸਿਰਫ ਹੱਥ ਦੀ ਸਫਾਈ ਆ, ਅਤੇ ਭੋਲੇ ਭਾਲੇ ਲੋਕ ਉਸ ਟ੍ਰਿਕ ਨੂੰ ਦੇਖ ਕੇ ਹੱਥ ਦੇ ਉਹ ਸਮਝਦੇ ਨੇ ਕਿ ਬਾਬਾ ਜੀ ਨੇ ਕੋਈ ਚਮਤਕਾਰ ਕਰਤਾ। ਉਹ ਚਮਤਕਾਰ ਮੈਂ ਤੁਹਾਡੇ ਸਾਹਮਣੇ ਅੱਜ ਕਰਕੇ ਦਿਖਾ ਰਿਹਾ, ਕੋਈ ਵੱਡੀ ਗੱਲ ਨਹੀਂ ਹੈਗੀ। ਗੱਲ ਇਹ ਹੈ ਕਿ ਜਦੋਂ ਅਸੀਂ ਇੰਨੀ ਸ਼ਰਧਾ ਦੇ ਵਿੱਚ ਬਾਬਿਆਂ ਦੇ ਮਗਰ ਲੱਗ ਜਾਂਦੇ ਹਾਂ ਤਾਂ ਸਾਨੂੰ ਉਹ ਬਹੁਤ ਕੁਝ ਲੱਗਣ ਲੱਗ ਜਾਂਦੇ ਹਨ। ਸੋ ਦੋਸਤੋ, ਉਹ ਹੁੰਦਾ ਇੱਦਾਂ ਹੀ, ਦੇਖੋ ਦੱਸਣਾ ਵੀ ਚਾਹੁੰਦਾ ਹਾਂ ਕਿ ਸਿਰਫ ਆਹ
ਇੱਕ ਕੈਪ ਹੁੰਦੀ ਆ ਤੇ ਇਸਦੇ ਨਾਲ ਸੱਤਿਆ ਸਾਈ ਜੋ ਅੱਗੇ ਉਸਦੀ ਗੱਦੀ ਤੇ ਬੈਠਾ ਏਦਾਂ ਹੁੰਦਾ ਸੀ ਉਹਦੇ ਹੱਥ ਦੇ ਵਿੱਚ ਤੇ ਏਦਾਂ ਜਦੋਂ ਅਸੀਂ ਸਟੇਜ ਤੇ ਆਉਂਦੇ ਹਾਂ ਤੇ ਏਦਾਂ ਕਰਦਾ ਤੇ ਉਸ ਮੁੱਠੀ ਦੇ ਵਿੱਚ ਲਿਆ ਜਾਂਦਾ ਤੇ ਇਸ ਤਰ੍ਹਾਂ ਅਰਦਮਾ ਕਰ ਸਕਦੇ ਹਾਂ। ਇਹ 'ਚ ਤੁਸੀਂ ਚੈਨੀ ਵੀ ਪਾ ਸਕਦੇ ਹੋ, ਚੈਨ ਭਾਵੇਂ ਸੋਨੇ ਦੀ ਪ੍ਰਗਟ ਕਰਕੇ ਦਿਖਾ ਦਿਓ ਤੇ ਇਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ, ਹੋਰ ਕੁਝ ਵੀ ਨਹੀਂ ਹੈਗਾ। ਇਸੇ ਤਰੀਕ ਨੂੰ ਅਸੀਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸਾਨੂੰ ਕਰਨਾ ਇਹ ਹੋਏਗਾ ਕਿ 5-7 ਨੋਟ ਪਹਿਲਾਂ ਤੋਂ ਇੱਦਾਂ ਕਰਕੇ ਜੇਬ ਦੇ ਵਿੱਚ ਰੱਖੇ ਹੁੰਦੇ ਨੇ ਅਤੇ ਜਾਦੂਗਰ ਗੱਲ ਇਹ ਹੈ ਕਿ ਜਦੋਂ ਅਸੀਂ ਸਟੇਜ 'ਤੇ ਹੁੰਦੇ ਹਾਂ ਮਿਊਜ਼ਿਕ ਦੇ ਨਾਲ ਇਸ ਕਲਾ ਨੂੰ ਕਰਦੇ ਹਾਂ ਤਾਂ ਥੋੜ੍ਹਾ ਧਿਆਨ ਜ਼ਿਆਦਾ ਉੱਧਰ ਬੰਨਿਆ ਜਾਂਦਾ ਹੈ ਅਤੇ ਇੱਦਾਂ ਹੀ ਅੱਗ ਲਗਾ ਕੇ ਇਸ ਚੀਜ਼ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਸਭ ਦਾ ਧਿਆਨ ਅੱਗ ਵੱਲ ਹੋ ਜਾਂਦਾ ਹੈ ਅਤੇ ਜਦੋਂ ਮਜੀਸ਼ੀਅਨ ਅੱਗ ਲਗਾਉਣ ਤੋਂ ਬਾਅਦ ਇਸ ਨੂੰ ਲੈਟਰ ਨੂੰ ਜੇਬ ਵਿੱਚ ਪਾਉਂਦਾ ਹੈ ਅਤੇ ਉਹ ਬੜੀ ਸਪੀਡ ਦੇ ਨਾਲ ਅਸੀਂ ਪ੍ਰੈਕਟਿਸ ਕਰਨ ਤੋਂ ਬਾਅਦ ਉਹ 5 ਨੋਟ ਇੱਦਾਂ ਕੱਢ ਕੇ ਇੱਥੇ ਲੈ ਕੇ ਆਉਣੇ ਨੇ, ਯਾਨੀ ਕਿ ਲੈਟਰ ਜੇਬ ਦੇ ਵਿੱਚ ਛੱਡ ਦੇਣਾ ਹੈ ਅਤੇ ਉਹਨੂੰ ਇੱਦਾਂ ਲੈ ਕੇ ਇੱਦਾਂ ਆਉਣੇ ਨੇ। ਉਸ ਤੋਂ ਬਾਅਦ ਅਸੀਂ ਉਹ ਇੱਦਾਂ ਖੋਲ੍ਹ ਕੇ ਨਾਲ ਦਾ ਜੋ ਸਾਡੇ ਹੈਲਪਰ ਜੋ ਪਾਰਟਨਰ ਨਾਲ ਹੁੰਦਾ ਹੈ ਉਸਨੂੰ ਇੱਦਾਂ ਕਰਕੇ 5 ਨੋਟ ਫੜਾ ਦੇਣੇ ਨੇ ਇਕੱਲਾ ਇਕੱਲਾ ਖੋਲ੍ਹ ਕੇ ਅਤੇ 5 ਤੋਂ ਨੋਟਾਂ ਤੋਂ ਬਾਅਦ ਉਹਨਾਂ ਕੋਲ ਜੋ 5 ਨੋਟ ਹੁੰਦੇ ਨੇ ਉੱਥੋਂ ਅਸੀਂ ਇੱਦਾਂ ਫੜਾਂਗੇ ਅਤੇ ਆਡੀਅੰਸ ਪਹਿਲਾਂ ਇਹ ਦੇਖਦੇ ਆ ਕਿ ਇੱਕ ਕਾਗਜ਼ ਨੂੰ ਅੱਗ ਲਗਾਈ ਸੀ ਕਿ 5 ਨੋਟ ਕਿੱਦਾਂ ਬਣ ਗਏ, ਉਹ ਤੁਹਾਨੂੰ ਪਤਾ ਲੱਗ ਗਿਆ ਵੀ 5 ਨੋਟ ਕਿੱਦਾਂ ਬਣੇ ਨੇ ਅਤੇ ਉਹ 5 ਨੂੰ ਜਦੋਂ ਅਸੀਂ ਇੱਦਾਂ ਫੜਦੇ ਹਾਂ ਅਤੇ ਇੱਦਾਂ ਫੜ ਕੇ ਇੱਦਾਂ ਇੱਦਾਂ ਕਰਦੇ ਹਾਂ ਅਤੇ ਨੋਟਾਂ ਦੀ ਬਰਸਾਤ ਹੋ ਜਾਂਦੀ ਹੈ, ਕਾਫੀ ਨੋਟ ਆ ਜਾਂਦੇ ਨੇ ਵੱਡੀਆਂ ਵੱਡੀਆਂ ਸਟੇਜਾਂ 'ਤੇ, ਤੁਸੀਂ ਇਹ ਟ੍ਰਿਕ ਦੇਖਿਆ ਹੋਊਗਾ। ਉਹ ਦੂਸਰੇ ਸਾਥੀ ਵੀ ਜੋ ਮੌਜੂਦ ਗਿਆ ਉਹਦਾ ਵੀ ਸਾਥ ਵਿੱਚ ਹੁੰਦਾ ਉਸ ਤਰੀਕੇ ਦੇ ਵਿੱਚ। ਦੂਸਰੇ ਸਾਥੀ ਦਾ ਕੰਮ ਇਹ ਹੋਏਗਾ ਕਿ ਇੱਕ ਨੋਟਾਂ ਦੀ ਗੱਤੀ ਇੱਥੇ ਲਾ ਕੇ ਰਾਵਰ ਲਾ ਕੇ ਇੱਦਾਂ ਉਸਨੂੰ ਖੜਨਾ ਪਏਗਾ ਨਾਲ ਅਤੇ ਜਦੋਂ ਅਸੀਂ ਉਹਨੂੰ ਇੱਦਾਂ ਫੜਾਈ ਜਾਂਦੇ ਹਾਂ ਜਦੋਂ ਚੌਥਾ ਨੋਟ ਇੱਧਰੋਂ ਆਏਗਾ ਅਤੇ ਉਸ ਸਾਥੀ ਨੇ ਉਹ ਚੱਕ ਕੇ ਇੱਥੇ ਲਾ ਦੇਣੇ ਨੇ। ਸਿਰਫ ਇੰਨਾ ਕੁ ਕੰਮ ਆਉਂਦਾ ਦੋਸਤੋ, ਹੋਰ ਕੁਝ ਵੀ ਨਹੀਂ ਆਉਂਦਾ। ਤੁਸੀਂ ਨਜ਼ਰਬੰਦੀ ਕੀ ਹੁੰਦੀ ਆ ਉਹਦੇ ਬਾਰੇ ਵੀ ਦੇਖ ਲਓ ਥੋੜ੍ਹਾ ਜਿਹਾ। ਮੈਂ ਇੱਕ ਸਿੱਕਾ ਮੇਰੇ ਕੋਲ ਕੋਟ ਫਟਿਆ ਨਹੀਂ ਹੈਗਾ ਤੇ ਮੈਨੂੰ ਇੱਦਾਂ ਕਰ ਦੇਣਾ ਤੇ ਇਸਨੇ ਇੱਥੇ ਗਾਇਬ ਹੋ ਜਾਣਾ। ਸਕੂਲਾਂ ਦੇ ਵਿੱਚ ਜਾਂਦੇ ਹਾਂ ਜਦੋਂ ਤਾਂ ਬੱਚਿਆਂ ਨੂੰ ਸੰਬੋਧਨ ਹੋਣਾ ਹੁੰਦਾ ਕਿਉਂਕਿ ਸਾਡਾ ਟਾਰਗੇਟ ਵੀ ਹੋਵੇ। ਸੋ ਬੱਚੇ ਹੋ, ਤੁਹਾਨੂੰ ਸਾਰਿਆਂ ਨੂੰ ਡਰਾਇਆ ਜਾਂਦਾ ਵੀ ਭੂਤਾਂ ਹੁੰਦੀਆਂ ਨੇ, ਕੋਈ ਸ਼ਕਤੀਆਂ ਹੁੰਦੀਆਂ ਨੇ, ਪਰ ਜੇ ਤੁਸੀਂ ਮੰਨਦੇ ਹੋ ਕਿ ਭੂਤਾਂ ਹੁੰਦੀਆਂ ਨੇ ਤਾਂ ਇੱਕ ਗੱਲ ਮੈਂ ਕਹਿੰਦਾ ਹੁੰਦਾ ਵੀ ਸੋਚ ਕੇ ਦੇਖਿਓ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੀ ਮਹਿਸ ਨੂੰ ਝਾਕਣਾ ਹੋ ਗਈ ਤੇ ਇੱਕ ਪਾਸੇ ਕਿਸੇ ਬੰਦੇ ਜਾਂ ਔਰਤ ਨੂੰ ਵੀ ਕਸਰ ਹੁੰਦੀ ਆ ਨਾ, ਤਾਂ ਫਿਰ ਉਦੋਂ ਇੱਕ ਗੱਲ ਸੋਚ ਕੇ ਦੇਖਿਆ ਕਰੋ ਕਿ ਬੰਦੇ ਦੇ ਵਿੱਚ ਆ ਕੇ ਤਾਂ ਭੂਤ ਬੋਲਦੀ ਆ
ਤੁਹਾਡੇ ਸਾਰਿਆਂ ਵਿੱਚੋਂ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਕਹਿੰਦੇ ਹੋ ਵੀ ਅੱਜ ਸਾਡਾ ਘੱਟਾ ਸਿਰ ਘੁਮਾਉਂਦਾ ਤੇ ਸਾਡੀ ਮਹਿਸ ਘੁਮਾਉਂਦੇ ਸੀ, ਕਿਉਂਕਿ ਜਦੋਂ ਭੂਤ ਹੈ ਹੀ ਨਹੀਂ ਬੋਲੂ ਤੇ ਜੇ ਹੱਡੀ ਤਾਂ ਸੱਜੀ ਤਾਂ ਉਹਨੇ ਉਹਦੇ ਵਿੱਚ ਵੀ ਬੋਲਣਾ ਸੀ। ਸੋ ਬਹੁਤੀਆਂ ਗੱਲਾਂ ਤਾਂ ਅਸੀਂ ਸਟੇਜ ਦੇ ਉੱਤੇ ਨਹੀਂ ਕਰ ਸਕਦੇ, ਸਮਾਂ ਸੀਮਿਤ ਹੁੰਦਾ, ਤੇ ਇਹਦੇ ਲਈ ਸਾਡੀਆਂ ਜਿਹੜੀਆਂ ਬੁੱਕਸ ਨੇ ਤਖਸੀਲ ਮੈਗਜ਼ੀਨ ਆ 100 ਰੁਪਇਆ ਦਾ ਇੱਕ ਸਾਲ ਦਾ ਚੱਲਦਾ ਹੁੰਦਾ, ਤੇ ਉਸ ਨੂੰ ਤੁਸੀਂ ਲਵਾ ਸਕਦੇ ਹੋ, ਉਹਦੇ ਵਿੱਚ ਆਪਣੇ ਰਾਵਾਂ ਸੁਝਾਅ ਜਿਹੜੇ ਉਹ ਵੀ ਲਿਖ ਕੇ ਭੇਜ ਸਕਦੇ ਹੋ, ਤੇ ਪੜ੍ਹੇ ਬਿਨਾਂ ਗੱਲ ਨਹੀਂ ਬਣਨੀ, ਉਹ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਮੈਂ ਇੱਕ ਛੋਟਾ ਜਿਹਾ ਟ੍ਰਿਕ ਤੁਹਾਨੂੰ ਦਿਖਾਉਂਗਾ, ਤੁਸੀਂ ਵੀ ਸੋਚਣਾ, ਦੁਕਾਨਾਂ ਤੇ ਜਾਂਦੇ ਹੋ ਕੱਪੜਾ ਲੀੜਾ ਲੈਣਾ ਹੁੰਦਾ ਤਾਂ ਦੁਕਾਨ ਵਾਲੇ ਨੂੰ ਕਹਿੰਦੇ ਹੋ ਵੀ ਭਾਈ ਕਸਤੇ ਨਾ ਮਿਲੀ, ਮਤਲਬ ਘੱਟ ਨਾ ਮਿਲਦੀ, ਏਦਾਂ ਤਾਂ ਇੰਨਾ ਕੁ ਮੀਟਰ ਹੁੰਦਾ, ਮੈਂ ਤੁਹਾਨੂੰ ਦੱਸ ਦਾਂ ਵੀ ਕਿੱਦਾਂ ਮਿਲਿਆ ਜਾਂਦਾ ਹੁੰਦਾ। ਦੇਖੋ ਇੱਕ ਮੈਨੂੰ ਬਹੁਤੀ ਗਾਰੰਟੀ ਨਹੀਂ ਆਉਂਦੀ, ਦੋ ਤਿੰਨ ਪੰਜ ਅੱਠ, ਕੋਈ ਵੀ ਬੰਦਾ ਆਇਓ ਜਿਹਨੂੰ ਪੰਜ ਚਾਰ ਤੱਕ ਦੀ ਗਿਣਤੀ ਆਉਂਦੀ ਹੈ, ਮੇਰੀ ਗਿਣਤੀ ਸਹੀ ਹੈ ਕਿ ਜੇ ਨਾ ਹੋਇਆ ਹੋਵੇ ਕਿਰਪਾ ਕਰਕੇ ਆ ਜਾਓ, ਕੋਈ ਵੀ ਆਇਓ ਆ ਜਾਓ ਜੀ। ਉੱਥੇ ਇੱਦਾਂ ਦੇ ਮਿਣਕ ਦਿਖਾਇਓ ਇਹਨਾਂ ਨੂੰ ਕਿੰਨੇ ਮਿਲੇ, ਮੈਨੂੰ ਗਿਣਤੀ ਕਰਨ ਨੂੰ ਕਿਹਾ ਸੀ ਇਹਨੇ, ਹੋਰ ਹੀ ਕੁਛ ਕਰਤਾ ਜੀ। ਬਹੁਤ ਬਹੁਤ ਧੰਨਵਾਦ ਜਾ ਸਕਦੇ ਹੋ, ਸਿਰਫ ਇੱਕ ਮਿੰਟ ਲਊਂਗਾ। ਸੋਚ ਲਿਆ ਕਿ ਅੱਜ ਬੰਦਾ ਕਿਸੇ ਪਾਰਟੀ ਤਾਂ ਸਵੇਰ ਨੂੰ ਕਿਸੇ ਚ ਬਣ ਜਾਂਦਾ ਹੈ, ਰੰਗ ਬਦਲ ਦਿੰਦੇ ਨੇ, ਜੋ ਜਿਹਦੀ ਕੁਰਸੀ ਉੱਪਰ ਹੁੰਦੀ ਅਗਲਾ ਉਹਦਾ ਰੰਗ ਬਦਲ ਲੈਂਦਾ, ਆਹ ਅੱਧ ਰੰਗ ਦਾ ਆਹ ਅੱਧ ਰੰਗ ਦਾ ਕਿਹੜਾ ਉੱਪਰ ਆ ਗਿਆ, ਆ ਇੱਧਰ ਆ ਗਿਆ, ਫਿਰ ਸਤਾ ਚੇਂਜ ਹੋ ਜਾਂਦੀ ਆ, ਫਿਰ ਅਗਲਾ ਉਹਨੂੰ ਲਾ ਕੇ ਥੱਲੇ ਮਾਰਦਾ ਤਾਂ ਇੱਧਰਲਾ ਭੱਜ ਕੇ ਇੱਧਰ ਜਾ ਵੜਦਾ, ਆ ਇੱਧਰ ਆ ਗਿਆ। ਸੋ ਪਿਆਰੇ ਦਰਸ਼ਕੋ, ਤੁਸੀਂ ਸੋਚਣਾ ਕਿ ਕਿੱਦਾਂ ਹੋ ਗਿਆ, ਐਕਸਪਲੇਨ ਕਰਨਾ ਬਾਅਦ ਦੇ ਵਿੱਚ, ਮੈਂ ਐਕਸਪਲੇਨ ਕਰੂੰਗਾ, 10-20 ਰੁਪਏ ਦੀ ਐਟਮ ਆ, ਬੜੇ ਆਰਾਮ ਨਾਲ ਘਰੇ ਬਣਾ ਸਕਦੇ ਹੋ, ਬਾਅਦ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਧੰਨਵਾਦ। ਬਿੰਦਰ ਦੀ ਖਾਸੀਅਤ ਇਹ ਹੈ ਕਿ ਇਹ ਆਈਟਮਾਂ ਆਪ ਹੀ ਤਿਆਰ ਕਰਦਾ, ਜਿੰਨਾ ਬੈਗ ਭਰਿਆ ਹੋਇਆ ਕੁਛ ਸਾਰੀਆਂ ਆਪ ਹੀ ਬਣਾਉਂਦਾ ਰਹਿੰਦਾ। ਇਹ ਹੁਣ ਦੁਆਰੇ ਚੱਲ, ਹਾਂ ਯੈਸ ਯੈਸ, ਆਰਾਮ ਨਾਲ ਬਹਿ ਜਾਓ, ਆਰਾਮ ਨਾਲ ਪਿੱਛੇ ਨੂੰ ਹੋ ਜਾਓ, ਥੋੜਾ ਪਿੱਛੇ ਨੂੰ ਕਮਰ ਥੋੜਾ ਹੋਰ ਪਿੱਛੇ ਦੇ ਹੋਰ ਹੋ ਜਾਓ, ਬੈ ਆਰਾਮ ਨਾਲ ਕਮਰ ਕਰੇ ਸਰ, ਹੱਥ ਚੱਕ ਲਓ ਤਾਂ ਫਿਰ ਵਿਚਾਲੇ ਬੈਠ ਜਾਓ, ਫਿਰ ਲੱਤਾਂ ਜਿਹੜੀਆਂ ਹੈਗੀਆਂ ਉਹਦੇ ਉੱਤੇ ਆਰਾਮ ਨਾਲ